ਅੱਜ ਮਿਤੀ 19/4/2024 ਨੂੰ PPS ਅਮਨਪਾਲ ਸਿੰਘ SDM ਕੰਮ ਸਹਾਇਕ ਰਿਟਾਇਰਿੰਗ ਅਫਸਰ ਤੀ ਫਲੋਰ ਵੱਲੋਂ ਸਰਕਾਰੀ ਹਸਪਤਾਲ ਸੇਵਾ ਕੇਂਦਰ ਫਰਤ ਕੇਂਦਰਾ ਸਾਂਝ ਕੇਂਦਰਾ ਵਿੱਚ ਲੋਕ ਸਭਾ ਚੋਣਾਂ 2024 ਸੰਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਦੇ ਅਧਿਕਾਰੀ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਸੰਬੰਧੀ ਇਹਨਾਂ ਅਦਾਰਿਆਂ ਦੇ ਸਟਾਫ ਨੂੰ ਚੋਣਾਂ ਦੇ ਸਲੋਗਨ ਸੰਬੰਧੀ ਸਟੇਪਾਂ ਮੁਹੱਈਆ ਕਰਵਾਈਆਂ ਗਈਆਂ ਤਾਂ ਜੋ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਰਸੀਦਾਂ ਅਤੇ ਹੋਰ ਦਸਤਾਵੇਜ਼ਾਂ ਤੇ ਲਗਾਈਆਂ ਜਾਣੀਆਂ ਹਨ ਤਾਂ ਜੋ ਲੋਕਾਂ ਵਿੱਚ ਲੋਕ ਸਭਾ ਚੋਣਾਂ 2024 ਲਈ ਆਪਣੀ ਵੋਟ ਦੇ ਅਧਿਕਾਰ ਦੀ ਵੱਧ ਤੋਂ ਵੱਧ ਚੋਣ ਦਾ ਉਤਸ਼ਾਹ ਪੈਦਾ ਹੋਵੇ। ਉਹਨਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਇਸ ਮੌਕੇ ਤੇ ਬਲਜਿੰਦਰ ਸਿੰਘ ਤਹਿਸੀਲਦਾਰ ਫਲੌਰ, ਸ਼੍ਰੀਮਤੀ ਸੁਨੀਤਾ ਖਿੱਲਣ ਨਾਇਬ ਤਹਿਸੀਲਦਾਰ ਫਲੌਰ ਅਤੇ ਸੰਦੀਪ ਨੋਡਲ ਅਫਸਰ, ਸਤਵਿੰਦਰ ਪਾਲ ਸਿੰਘ ਪ੍ਰਿੰਸੀਪਲ ਸਕੂਲ ਗਰਾਇਆ ਹਾਜ਼ਰ ਸਨ। ਫਲੌਰ ਤੋਂ ਰਾਜਕੁਮਾਰ ਨਿੰਗਣ ਦੀ ਖਾਸ ਰਿਪੋਰਟ। ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ। ਡਾਕਟਰ ਕੁਲਦੀਪ ਜੀ ਆ ਅਤੇ ਇੱਥੇ ਆ ਮੌਜੂਦ ਜਿੰਨੇ ਵੀ ਮਰੀਜ਼ ਜਾਂ ਉਹਨਾਂ ਦੇ ਨਾਲ ਆਏ ਸਾਥੀ, ਜਿਵੇਂ ਕਿ ਬਾਹਰ ਇੱਥੇ ਲਿਖਿਆ ਕਿ ਮੇਰੀ ਵੋਟ ਮੇਰੀ ਆਵਾਜ਼, ਇਹ ਜਿਹੜਾ ਵੋਟਾਂ ਦੇ ਸੰਬੰਧ ਵਿੱਚ ਹੈਗਾ ਜਿਹੜੀ 1 ਜੂਨ ਨੂੰ ਹੋਣ ਜਾ ਰਹੀਆਂ ਵਾ, ਉਸ ਦੇ ਵਿੱਚ ਜਿਹੜੀ ਇਹ ਵੋਟਾਂ ਵਾ ਇਸ ਵਾਰ ਜਿਹੜਾ ਟਾਰਗੇਟ ਮਿਲਿਆ ਵਾ ਕਿ ਇਸ ਵਾਰ 70% ਕਿ 70% ਤੋਂ ਵੱਧ ਜਿਹੜੀ ਵੋਟਿੰਗ ਅਸੀਂ ਕਰਨੀ ਹੈ, ਉਸ ਲਈ ਜਾਗਰੂਕ ਕਰਨ ਲਈ ਜਾਂ ਉਸ ਲਈ ਤੁਹਾਡੇ ਕੋਲ ਆਏ ਹਾਂ ਕਿ ਜਿਹੜੇ 1 ਜੂਨ ਨੂੰ ਤੁਸੀਂ ਆਪਣੀਆਂ ਤਾਂ ਵੋਟਾਂ ਪਾਉਣੀਆਂ ਵਾ ਅਤੇ ਨਾਲ ਜਿਹੜੇ ਤੁਹਾਡੇ ਘਰ ਦੇ ਆ ਜਾਂ ਹੋਰ ਬੰਦੇ ਆ ਤੁਹਾਡੇ ਅੰਗੀ ਸੰਗੀ ਆ ਜਾਂ ਆਂਢ ਗੁਆਂਢ ਆ ਉਹਨਾਂ ਨੂੰ ਵੀ ਦੱਸਣਾ ਤੁਸੀਂ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ, ਮੈਂ ਹਰਪ੍ਰੀਤ ਸਿੰਘ ਹਾਂ, ਸੇਵਾ ਕੇਂਦਰ ਵਿੱਚ। ਸਰ ਮੇਰੀ ਡੈਜੀਗਨੇਸ਼ਨ ਹੈਲਪ ਡੈਸਕ ਓਪਰੇਟਰ ਆ, ਮੈਂ ਟੋਕਨ ਜਨਰੇਟ ਕਰਦਾ ਅਤੇ ਅੱਜ ਸਾਨੂੰ SDM ਸਾਹਿਬ ਹੋਣਾ ਨੇ ਸਾਨੂੰ ਇਲੈਕਸ਼ਨ ਦੇ ਰਿਲੇਟਡ ਵੋਟ ਲਈ ਸਟੈਂਪ ਇੱਕ ਦਿੱਤੀ ਆ, ਜੋ ਟੋਕਨ ਜਨਰੇਟ ਦੇ ਉੱਪਰ ਅਸੀਂ ਲਗਾ ਕੇ ਐਪਲੀਕੈਂਟ ਨੂੰ ਦੱਸਾਂਗੇ ਕਿ ਵੋਟ ਪਾਉਣਾ ਲੋਕਤੰਤਰ ਦਾ ਸਾਡਾ ਹੱਕ ਆ ਅਤੇ ਵੋਟ ਪਾ ਕੇ ਅਸੀਂ ਆਪਣਾ ਜੋ ਵੀ ਆਪਣਾ ਪਹਿਰੇਦਾਰ ਹੈ ਜਾਂ ਜੋ ਸਾਡਾ ਚੋਣ ਚੋਣ ਦਾ ਅਸੀਂ ਜੋੜਾਂਗੇ
ਤੇ ਉਸ ਨੂੰ ਅਗਾਹ ਵਧਾਉਣ ਲਈ ਕਰਾਂਗੇ। ਤੇ ਆ ਦੇਖੋ ਐਸ ਡੀ ਐਮ ਸਾਹਿਬ ਹੋਣਾ ਨੇ ਸਾਨੂੰ ਵੋਟ ਬਣਾਓ, ਵੋਟ ਪਾਓ, ਲੋਕਤੰਤਰ ਨੂੰ ਮਜ਼ਬੂਤ ਬਣਾਓ, ਵੋਟ ਸਾਨੂੰ ਦਿੱਤੀ ਹੈ। ਸਾਰੇ ਲੋਕਤੰਤਰ ਲੋਕਾਂ ਨੂੰ ਇਹੀ ਕਹਾਂਗੇ ਕਿ ਆਪਣੇ ਇਲੈਕਸ਼ਨ ਵਿੱਚ ਆਪਣੇ ਵੋਟ ਦਾ ਉਪਯੋਗ ਕਰੋ ਤੇ ਆਪਣਾ ਲੋੜੀਂਦਾ ਜਿਹੜਾ ਆ ਉਮੀਦਵਾਰ ਆ ਉਹਨੂੰ ਚੁਣੋ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਲੋਕ ਸਭਾ ਦੀ 2024 ਦੀਆਂ ਚੋਣਾਂ ਆ ਰਹੀਆਂ ਤੇ ਇਸ ਦੇ ਵਿੱਚ ਜਲੰਧਰ ਲੋਕ ਸਭਾ ਕੰਸਟੀਚੁਐਂਸੀ ਦੇ ਵਿੱਚ 30 ਫਲੋਰ ਕੰਸਟੀਚੁਐਂਸੀ ਦੇ ਵਿੱਚ ਮੈਂ ਬਤੌਰ ਏਆਰਓ ਹੈ ਤੇ ਮਾਨਯੋਗ ਜ਼ਿਲ੍ਹਾ ਮੈਜਿਸਟਰੇਟ ਤੇ ਆਰਓ ਸਾਹਿਬ ਜੀ ਦੀ ਦਿਸ਼ਾ ਨਿਰਦੇਸ਼ ਹੇਠ ਅਸੀਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਤਾਂ ਕਿ ਸਾਡੀ ਵੋਟਰ ਟਰਨਆਊਟ ਵਧੇ ਉਹਦੇ ਲਈ ਵੱਖ ਵੱਖ ਤਰ੍ਹਾਂ ਦੀ ਅਸੀਂ ਸਵੀਪ ਐਕਟੀਵਿਟੀਜ਼ ਕਰ ਰਹੇ ਹਾਂ ਜਿਹਦੇ ਵਿੱਚ ਸਕੂਲ ਦੇ ਬੱਚਿਆਂ ਨੂੰ ਲੈ ਕੇ ਤੇ ਨਾਲ ਹੀ ਆਮ ਪਬਲਿਕ ਨੂੰ ਲੈ ਕੇ ਅਸੀਂ ਪੋਸਟਰ ਮੇਕਿੰਗ, ਰੈਲੀਜ਼, ਕਈ ਤਰ੍ਹਾਂ ਦੀ ਐਕਟੀਵਿਟੀਜ਼ ਅਸੀਂ ਕਰ ਰਹੇ ਹਾਂ। ਉਸੇ ਲੜੀ ਦੇ ਵਿੱਚ ਅੱਜ ਅਸੀਂ ਜਿੰਨੇ ਸਾਡੇ ਸੇਵਾ ਕੇਂਦਰ ਹੈਗੇ ਹੈ ਪਲੱਸ ਫਰਦ ਕੇਂਦਰ ਹੈਗੇ ਹੈ ਪਲੱਸ ਹੋਸਪਿਟਲਸ ਤੇ ਇਸ ਤੋਂ ਇਲਾਵਾ ਸਾਂਝ ਕੇਂਦਰ ਜਿੱਥੇ ਵੀ ਪਬਲਿਕ ਦਾ ਜ਼ਿਆਦਾ ਆਉਣਾ ਜਾਣਾ ਹੁੰਦਾ ਉੱਥੇ ਜਦੋਂ ਸਰਵਿਸ ਵਾਸਤੇ ਪਬਲਿਕ ਹੋ ਜਾਂਦੀ ਹੈ ਤੇ ਉਹਨਾਂ ਨੂੰ ਜੋ ਅਸੀਂ ਨੋਰਮਲੀ ਰਸੀਦ ਜਾਰੀ ਕਰਦੇ ਹਾਂ ਉਹਦੇ ਉੱਪਰ ਅਸੀਂ ਇੱਕ ਮੋਹਰ ਲਗਾਉਣੀ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਉਸ ਵੋਟਰ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਆਉਣ ਵਾਲੀਆਂ ਚੋਣਾਂ ਵਿੱਚ 1 ਜੂਨ ਨੂੰ ਜੋ ਪੰਜਾਬ ਵਿੱਚ 7ਵੇਂ ਪੜਾਅ ਚੋਣਾਂ ਹੋ ਰਹੀਆਂ ਤੇ ਉਹ ਵੋਟਰ ਜਾਗਰੂਕ ਹੋਣ ਤੇ ਆਪਣੇ ਵੋਟ ਦਾ ਇਸਤੇਮਾਲ ਕਰਨ।